ਸਲਾਮ ਵਾਲੇਕਮ ਦੋਸਤੋ, ਅੱਜ ਮੀਰਾਂ ਲਈ ਜਨਾਬ ਇੱਕ ਨਾ ਨੂਰਸ਼ਾਹ ਦੇ ਇਲਾਕੇ ਦੀ ਨਾ ਝੋਟੀ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਅਤੇ ਭਾਈ ਮੁਗਲ ਆਜ਼ਮ ਜਹਾਂਗੀਰ ਕੋਲ, ਅਤੇ ਜਿਹੜਾ ਨਾ ਵੇਖਿਆ ਵੀ ਇਨਸ਼ਾਅੱਲਾ ਤਾਲਾ ਮਜ਼ਾ ਆਈ ਜਾਂਦਾ। ਬਾਕੀ ਗੱਲਾਂ ਬਾਤਾਂ ਭਾਈ ਜਹਾਂਗੀਰ ਨਾਲ ਹੋਣਗੀਆਂ। ਮਾਸ਼ਾਅੱਲਾ ਕਿਆ ਬਾਤ ਹੈ ਜੀ, ਮੈਂ ਦੀ ਜਿਹੜੀ ਖੂਬਸੂਰਤੀ ਨਾ ਕਮਾਲ ਦੀ ਹੈ ਜੀ, ਮਾਸ਼ਾਅੱਲਾ ਹੈ ਚਿਹਰੇ ਦੀ ਬਿਲਕੁਲ ਜੀ, ਛੋਟਾ ਛੋਟਾ ਸਿੰਘ ਅਤੇ ਮੋਟੀ ਅੱਖ, ਅਤੇ ਜਿਹੜਾ ਅੱਲਾਹ ਪਾਕ ਨੇ ਲਿਬਾਸ ਲਾਇਆ ਕਮਾਲ ਦਾ ਜੀ। ਇਹ ਸਾਡੇ ਲਹਿੰਦੇ ਪੰਜਾਬ ਨੂਰਸ਼ਾਹ ਇਲਾਕੇ ਦੇ ਜਨਾਬ ਬ੍ਰੈਂਡ ਹੀਰੇ ਨੇ। ਅਤੇ ਜਿਹੜੀ ਗੱਲਬਾਤ ਹੈ ਨਾ ਭਾਈ ਜਹਾਂਗੀਰ ਨਾਲ ਹੋਵੇਗੀ, ਮਾਸ਼ਾਅੱਲਾ ਜੀ ਕਿਆ ਬਾਤ ਹੈ। ਅਸਲਾਮ ਵਾਲੇਕਮ, ਕੀ ਹਾਲ ਹੈ ਭਾਈ ਜਹਾਂਗੀਰ? ਹਾਂ ਰਾਏ ਸਾਕਬ ਸਾਹਿਬ, ਹੋਰ ਅੱਜ ਹੀਰਾ ਹੀ ਕੱਢ ਲਿਆਂਦਾ ਜੀ ਭਰਾਵਾਂ ਵਾਸਤੇ। ਹੈ ਮੈਂ ਆਣਾ ਐਡਾ ਹੀਰਾ ਲੱਭਦਾ ਹੀ ਨਹੀਂ। ਅੱਛਾ, ਕਿੰਨਵਾਂ ਸੁਬਾਸ ਹੋਈ ਹੈ? ਦੂਸਰਾ ਦੂਜਣ ਕੋਰੀ ਕਿੰਨਾ ਕੁ ਦੁੱਧ ਇਸ ਟਾਈਮ ਕਰਦੀ? 20 ਸਿਰ ਹੈ ਪੱਕਾ? ਅੱਛਾ, ਤੇ ਥੱਲੇ ਦੇ ਜਾ ਕੀ ਹੈ? ਕੱਟਾ ਹੈ। ਮਾਸ਼ਾਅੱਲਾ ਜੀ ਕਿਆ ਬਾਤ ਹੈ ਭਾਈ ਜਹਾਂਗੀਰ ਨਾਲ ਜਿਹੜੀ ਨੇ ਇਹਦੀ ਗੱਲਬਾਤ ਕਰਨੀ ਹੈ, ਤੁਹਾਨੂੰ ਦੱਸਣੇ ਸਾਰੀ ਗੱਲਬਾਤ। ਮਾਸ਼ਾਅੱਲਾ ਕਮਾਲ ਦਾ ਬ੍ਰੈਂਡ ਹੈ ਜੀ, ਜਾ ਚਲਾ ਜਾ। ਅੱਛਾ, ਆਪਣਾ ਜਹਾਂਗੀਰ ਕੀ ਇਹਦਾ ਲੇਖਾ ਲੁਖਾ ਹੈ? 13 ਲੱਖ ਰੁਪਈਆ ਯਾਰ, ਸ਼ਾਇਦ ਸਾਰਾ ਮੁੱਲ ਹੈ ਨਹੀਂ ਲੱਭਦੀ। ਚੱਲ ਕਿੰਨੇ ਚ ਫਾਈਨਲ ਹੋ ਜਾਏਗੀ ਪਿਆਰ ਮੁਹੱਬਤ ਕਰ? ਅੱਛਾ, ਪਿਆਰ ਮੁਹੱਬਤ ਕਰ ਸੇ। ਚਲੋ ਜੀ, ਦੱਸਣਾ ਜਨਾਬ ਮਾਸ਼ਾਅੱਲਾ। ਠੀਕ ਹੈ ਜਹਾਂਗੀਰ, ਤੁਸੀਂ ਦਿਓ ਟਾਈਮ, ਮੈਂ ਇੱਕ ਵਾਰੀ ਮੈਂ ਤਸੱਲੀ ਨਾਲ ਬਹਾ ਲਾਂ। ਬਕਾਇਆ ਜੀ ਮੈਂ ਦੇ ਜਿਹੜੇ ਨਾ ਕੰਮ ਵੇਖਣੇ ਨੇ ਝੋਟੀ ਦੇ ਧੁੰਨੀ ਤੋਂ ਲੈ ਕੇ, ਅਤੇ ਸਾਰ ਤਿਕਰ ਲਿਬਾਸ ਹੈ, ਅਤੇ ਜਿਹੜੀਆਂ ਥਣਾਂ ਦੀਆਂ ਵੰਡਾਂ ਨੇ ਜਨਾਬ ਕਮਾਲ ਦੀਆਂ ਜੀ ਮਾਸ਼ਾਅੱਲਾ। ਜਿੰਨਾ ਅੱਗੇ ਲਿਬਾਸ ਉਨਾ ਹੀ ਪਿੱਛੇ ਸੋਹਣਾ ਥਣ ਪਾਵਰ ਵਾਲਾ। ਹੁਣ ਲਾ ਲਏ ਇਹਨੂੰ ਅੰਦਰ ਚੱਲਣਾ, ਲੈ ਚੱਲ ਅੰਦਰ ਚੱਲ। ਤੁਹਾਨੂੰ ਲਓ ਜੀ, ਇਨਸ਼ਾਅੱਲਾ ਤਾਲਾ ਇਹ ਜਿਹੜਾ ਨਾ ਸੋਹਣੇ ਰੱਬ ਦਾ ਜੱਗ ਵਾਸਤਾ, ਇੱਥੋਂ ਬੜੇ ਬੜੇਰੇ ਨਿਕਲਦੇ ਨੇ ਕਮਾਲ ਦੇ ਬ੍ਰੈਂਡ ਜੀ। ਬੰਨ ਲੈ ਲਾਲੇ ਉੱਤੋਂ ਦੀ ਖੁਰਲੀ 'ਤੇ ਜਾ ਕੇ, ਉਹ ਕੱਟਾ ਬੈਠਾ ਨਾ ਅੱਗੇ ਵੇਖ ਕੇ ਕਿੱਲਾ ਹੀ ਧਿਆਨ ਨਾਲ ਚੱਲ। ਮੈਂ ਕਿਹਾ ਕੱਟਾ ਕਿਹੜਾ ਆ ਲਾਲੇ, ਉਠਾ ਕੱਟੇ ਨੂੰ ਮਾੜਾ ਸਿੱਧਾ ਕਰ। ਕਿਹੜਾ ਕੱਟਾ ਆ ਜੀ? ਇਹ ਜਨਾਬ ਕੱਟਾ ਜੇ ਥੱਲੇ। ਲਓ ਜੀ, ਇਸ ਨਾਲ ਹੀ ਆਪਣੇ ਮੇਜ਼ਬਾਨ ਰਾਏ ਸਾਕਬ ਅਲੀ ਨੂੰ ਇਜਾਜ਼ਤ ਦਿਓ ਜੀ। ਅੱਲਾ ਹਾਫਿਜ਼।